आने वाले समय प्रशासन नूं भी ते सरकार नूं कह देना चाहुंदे आ कि असीं किसी हालत ते असीं कुड़ियां नूं आपदियां नूं पीजीआई दे विचों नहीं निकल देवांगे। असीं अंदोलन खड़ा करांगे आने वाले दिनों में। मैं उन्होंने कुड़ियों धरने से भी जाके बैठूंगा, साडियां भैणां नाल साडियां धीआं नाल। जे साडियां कुड़ियों नूं बाहर कढ़िया असीं उत्थे जिंदा तिकर मारन तिकर जावांगे। फिर ना इह गल कहो 98 हैलो किन्नियां कुड़ियां ने भैणे जिहड़े रखे ने हुण जिहड़े बाहरले रखे ने किन्ने रखे ने? हैलो 68 कुड़ियां मुंडे किन्ने ने? 68 ਜਿਹੜੇ ਨਵੇਂ ਉੱਥੇ ਮੁਲਾਜ਼ਮ ਰੱਖੇ ਨੇਗੇ, ਰੈਗੂਲਰ ਰੱਖੇ ਨੇ ਉਹਨਾਂ ਨੇ, ਜਿਹੜੇ ਮੁਲਾਜ਼ਮ ਰੱਖੇ ਨੇਗੇ ਉੱਥੇ ਕੁੜੀਆਂ ਨੇਗੀਆਂ। ਤੇ ਉਹ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਕੁੜੀਆਂ ਨੇਗੀਆਂ 27 ਕੁੜੀਆਂ, ਉਹਨਾਂ ਦੀ 2 ਸਾਲ ਹੋ ਗਏ ਉਹਨਾਂ ਨੂੰ ਜੌਬ ਕਰਦੇ ਨੂੰ ਬਾਈ। ਉਹਨਾਂ ਦੀ ਵੀ ਬੀਐਸਸੀ ਨਰਸਿੰਗ ਕੀਤੀ ਹੋਈ ਹੈ। ਉਹ ਜਿਹੜਾ ਨਵਾਂ ਸਟਾਫ ਰੱਖਿਆ ਉਹਨਾਂ ਦੀ ਵੀ ਨਰਸਿੰਗ ਕੀਤੀ ਹੋਈ ਹੈ। ਉਹਨਾਂ ਦਾ ਇਹਨਾਂ ਦੇ ਐਕਸਪੀਰੀਅੰਸ ਆ 2 ਸਾਲ ਦਾ ਇਹਨਾਂ ਕੋਲੇ। ਉਹ ਜਿਹੜੇ ਨਵੇਂ ਰੱਖੇ ਨੇ ਉਹ ਨੌਨ ਐਕਸਪੀਰੀਅੰਸ ਰੱਖੇ ਨੇਗੇ। ਹੁਣ ਕਿੱਡੀ ਦੁੱਖ ਦੀ ਗੱਲ ਇਹ ਹੈ ਵੀ ਸਾਡੇ ਪੰਜਾਬ ਦੀਆਂ ਕੁੜੀਆਂ ਨੌਕਰੀ ਕਰਦੀਆਂ ਹੋਈਆਂ 2 ਸਾਲ ਤੋਂ ਉੱਥੇ ਕੱਢ ਕੇ ਜਿਹੜੀ ਸਰੂਤੀ ਸ਼ਰਮਾ ਮੈਡਮ ਆ ਉਹਨੇ ਨਵੀਆਂ ਲੈ ਕੇ ਤੇ ਫਿੱਟ ਕਰਤੀਆਂ ਬਾਈ। 2 ਸਾਲ ਤੋਂ ਜੌਬ ਕਰਦੀਆਂ ਹੋਈਆਂ ਕੁੜੀਆਂ ਪੰਜਾਬੀ ਇਦੋਂ ਵੱਡੀ ਲਾਹਣਤ ਦੀ ਗੱਲ ਕੀ ਹੋਊਗੀ ਸਾਡੇ ਲਈ ਯਾਰ? ਸਾਡੀਆਂ ਕੁੜੀਆਂ ਜੌਬ ਕਰਦੀਆਂ, ਸਾਡੀਆਂ ਕੁੜੀਆਂ ਨੂੰ ਕੱਢ ਕੇ ਉੱਥੇ ਰਾਜਸਥਾਨ ਦੀਆਂ ਕੁੜੀਆਂ, ਰਾਜਸਥਾਨ ਦੇ ਲਿਆ ਕੇ ਕੁੜੀਆਂ ਮੁੰਡੇ ਫਿੱਟ ਕਰਤੇ। ਕੁਝ ਰਾਜਸਥਾਨ ਦੀਆਂ ਨੇ, ਕੁਝ ਹਿਮਾਚਲ ਦੀਆਂ ਨੇ। ਪੀਜੀਆਈ ਸਾਡੇ ਸੰਗਰੂਰ ਦੇ ਵਿੱਚ ਬਣਿਆ ਹੋਇਆ, ਜਿੱਥੋਂ ਦਾ ਕਿ ਸਾਡਾ ਮੁੱਖ ਮੰਤਰੀ ਆ ਪੰਜਾਬ ਦਾ, ਜਿਸ ਜ਼ਿਲ੍ਹੇ ਦਾ ਮੁੱਖ ਮੰਤਰੀ ਆ ਉਸ ਜ਼ਿਲ੍ਹੇ ਦੇ ਵਿੱਚ ਪੀਜੀਆਈ ਬਣਿਆ ਹੋਇਆ ਬਾਈ। ਉਹ ਕੁੜੀਆਂ ਨੂੰ ਲੈ ਕੇ ਕੱਢ ਕੇ ਰੱਖ ਉੱਥੇ, ਹੋਰ ਕੱਢ ਕੇ ਲਿਆ ਕੇ ਉਹਨਾਂ ਨੂੰ ਰਾਜਸਥਾਨ ਤੇ ਹਿਮਾਚਲ ਦੀਆਂ ਕੁੜੀਆਂ ਫਿੱਟ ਕਰਤੀਆਂ। ਇਹ ਗੱਲ ਮੈਂ ਸਰਕਾਰ ਨੂੰ ਕਹਿ ਦੇਣਾ ਚਾਹੁੰਦਾ, ਸਖਤ ਚੇਤਾਵਨੀ ਸਰੂਤੀ ਕੌਰ ਮੈਡਮ ਜਿਹੜੀ ਉਹਦੀ ਪੀਜੀਆਈ ਦੀ ਇੰਚਾਰਜ, ਉਹਨੂੰ ਦਿੰਨਾ ਚਾਹੁੰਦਾ ਸਖਤ ਚੇਤਾਵਨੀ। ਸਾਡੀ ਵੀਡੀਓ ਦੇ ਤੱਕ ਪਹੁੰਚ ਜਾਣੀ ਆ। ਅਸੀਂ ਆਪਣੀਆਂ ਕੁੜੀਆਂ ਨੂੰ ਜਿਹੜੀਆਂ ਬੀਐਸਸੀ ਨਰਸਿੰਗ ਕਰੀਆਂ ਹੋਈਆਂ ਕੁੜੀਆਂ ਨੇ ਉਹਨਾਂ ਨੂੰ ਕਿਸੇ ਹਾਲਤ ਤੇ ਅਸੀਂ ਬਾਹਰ ਨਹੀਂ ਨਿਕਲ ਦੇਵਾਂਗੇ। ਸਾਡੀ ਜ਼ਮੀਨ ਦੇ ਵਿੱਚ, ਸਾਡੀ ਪੰਜਾਬ ਦੀ ਜ਼ਮੀਨ ਦੇ ਵਿੱਚ ਪੀਜੀਆਈ ਬਣਿਆ ਹੋਇਆ। ਸਾਡਾ ਪੰਜਾਬ ਆ, ਸਾਡੀ ਪੰਜਾਬ ਦੀ ਧਰਤੀ ਤੇ ਬਣਿਆ ਹੋਇਆ ਪੀਜੀਆਈ। ਜੇ ਉੱਥੋਂ ਕੁੜੀਆਂ ਨੂੰ ਤੁਸੀਂ ਕੱਢੋਗੇ ਤਾਂ ਸਖਤ ਅੰਦੋਲਨ ਤੇ ਸਖਤ ਜਿਹੜੀ ਲੜਾਈ ਅਸੀਂ ਸ਼ੁਰੂ ਕਰਾਂਗੇ। ਮੇਰੇ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਆ, ਦਿਖਾਉਣਾ ਮੈਂ ਤੁਹਾਨੂੰ ਕੁੜੀਆਂ ਧਰਨੇ ਦੇ ਉੱਪਰ ਬੈਠੀਆਂ ਨੇ। ਇੱਥੋਂ ਤੱਕ ਕਰਕੇ ਕੁੜੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇਗੀਆਂ। ਸਰੂਤੀ ਕੌਰ ਜਿਹੜੀ ਮੈਡਮ ਆ ਰਾਜਸਥਾਨ ਦੀ, ਉਹ ਕੀ ਕਹਿ ਰਹੀ ਹੈ? ਸਰੂਤੀ ਸ਼ਰਮਾ ਜਿਹੜੀ ਮੈਡਮ ਆ ਉਹ ਕੀ ਕਹਿ ਰਹੀ ਆ? ਉਹ ਕਹਿ ਰਹੀ ਆ ਕਿ ਜੇ ਤੁਸੀਂ ਕੋਈ ਅੰਦੋਲਨ ਕੀਤਾ, ਕੋਈ ਧਰਨਾ ਲਾਇਆ, ਤੁਹਾਡੇ ਲਾਇਸੈਂਸ ਤੇ ਅਸੀਂ ਕੈਂਸਲ ਕਰ ਦਾਂਗੇ। ਸਾਡੀਆਂ ਕੁੜੀਆਂ ਨੂੰ ਇਹ ਧਮਕੀਆਂ ਦੇ ਰਹੀਆਂ ਨੇਗੀਆਂ। ਸਖਤ ਚੇਤਾਵਨੀ ਦਿੰਦੇ ਅਸੀਂ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਮੈਂ ਉਹਨਾਂ ਕੁੜੀਆਂ ਨਾਲ ਧਰਨੇ ਤੇ ਵੀ ਜਾ ਕੇ ਬੈਠੂੰਗਾ, ਸਾਡੀਆਂ ਭੈਣਾਂ ਨਾਲ, ਸਾਡੀਆਂ ਧੀਆਂ ਨਾਲ। ਜੇ ਸਾਡੀਆਂ ਕੁੜੀਆਂ ਨੂੰ ਬਾਹਰ ਕੱਢਿਆ ਅਸੀਂ ਉੱਥੇ ਜਿੰਦਾ ਤੱਕ ਮਾਰਨ ਤੱਕਰ ਜਾਵਾਂਗੇ। ਫੇਰ ਨਾ ਇਹ ਗੱਲ ਕਿਹੋ? ਇਹ ਕਿੱਧਰਲੀ ਗੱਲ ਹੋਈ ਬਾਈ? ਇਹ ਤੁਸੀਂ ਪੰਜਾਬੀਆਂ ਮੈਨੂੰ ਇੱਕ ਗੱਲ ਦੱਸੋ, ਸਾਡੇ ਜਿਹੜੇ 27 ਕੁੜੀਆਂ ਨੇਗੀਆਂ, ਸਾਡੀਆਂ 27 ਕੁੜੀਆਂ ਨੂੰ 2 ਸਾਲ ਹੋ ਗਿਆ ਨੌਕਰੀ ਕਰਦਿਆਂ ਨੂੰ ਬਾਈ? 2 ਸਾਲ ਹੋ ਗਏ ਸਾਡੇ ਨੌਕਰੀ ਕਰਦਿਆਂ ਨੂੰ, ਉੱਥੇ ਨਵੇਂ ਲੈ ਕੇ ਫਿੱਟ ਕਰਤੇ ਉਹਨਾਂ ਦੇ ਸਿਰ ਤੇ ਉੱਪਰ ਲੈ ਕੇ ਬਿਠਾ ਤੇ? ਇਹ ਕਿੱਧਰ ਦਾ ਕਾਨੂੰਨ ਆ, ਕਿੱਧਰ ਦਾ ਇਨਸਾਫ਼ ਹੈ ਇਸ ਗੱਲ ਦਾ ਦੱਸੋ। ਪਹਿਲਾਂ ਵੀ ਜਿਹੜਾ ਉਹ ਜਿਹੜੀ ਗੱਲ ਆ ਕਿ ਹਸਪੀਟਲ ਜਿਹੜਾ ਉਹ ਬੰਦ ਸੀਗਾ, ਪਹਿਲਾਂ ਮਸਾ ਉਹ ਹਸਪੀਟਲ ਚੱਲਿਆ ਪੀਜੀਆਈ ਘਾਬ ਵਾਲਾ। ਇਹਨਾਂ ਕੁੜੀਆਂ ਨੇ ਪੂਰੀ ਮਿਹਨਤ ਕਰੀ ਹੈ, ਮਿਹਨਤ ਕਰਕੇ ਉਹ ਜਿਹੜਾ ਚਲਾਇਆ ਤੇ ਉੱਥੋਂ ਦਾ ਜਿਹੜਾ ਸਟਾਫ ਆ, ਸਫਾਈ ਵਾਲਾ ਜਿਹੜੇ ਉੱਥੇ ਕਰਮਚਾਰੀ ਨੇ, ਉੱਥੇ ਉਹਨਾਂ ਨੂੰ ਪੰਜਾਬੀਆਂ ਨੂੰ ਰੱਖਿਆ ਜਾ ਰਿਹਾ। ਉਹਨਾਂ ਨੇ ਸਫਾਈ ਵਾਲੇ ਕਰਮਚਾਰੀਆਂ ਨੇ ਉਹ ਕੁੜੀਆਂ ਦੇ ਕੋਲੇ ਮੈਨੂੰ ਰਿਕਾਰਡਿੰਗਾਂ ਭੇਜੀਆਂ ਉਹਨਾਂ ਨੇ, ਜਿਹੜੇ ਕੁੜੀਆਂ ਨੇ ਰਿਕਾਰਡਿੰਗਾਂ ਭੇਜੀਆਂ। ਉਹ ਤਾਂ ਇਹ ਸਰੂਤੀ ਕੌਰ ਮੈਡਮ ਉਹੀ ਜਿਹੜੀਆਂ ਪੂਰਾ ਸਟਾਫ ਸੀ ਇਹ ਗੱਲ ਕਹਿ ਰਿਹਾ ਸੀ ਕਿ ਤੁਸੀਂ ਇਸ ਹਸਪੀਟਲ ਨੂੰ ਚਲਾਇਆ, ਅੱਜ ਉਹਨੂੰ ਬਾਹਰ ਕੱਢ ਰਹੀ ਹੈ। ਪਹਿਲੀ ਘਟਨਾ ਚਾਰਜ ਅੱਜ ਦੇਖੋ ਇੱਕ ਗੱਲ, ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਪੀਜੀਆਈ ਦਾ ਰਾਜਸਥਾਨ ਦੀ ਸਰੂਤੀ ਕੌਰ ਜਿਹੜੀ ਇੰਚਾਰਜ ਹੈ ਸ਼ਰਮਾ, ਸਰੂਤੀ ਸ਼ਰਮਾ, ਹੁਣ ਉਹਨੇ ਮਨਮਾਨੀ ਕਰਨੀ ਹੈ। ਉਹਨੇ ਲਿਆ ਕੇ ਆਪਣੇ ਰਾਜਸਥਾਨ ਦੇ ਹਿਮਾਚਲ ਦੇ ਬਾਹਰਲੇ ਫਿੱਟ ਕਰਨੀ ਹੈ। ਅਸੀਂ ਉਹਨਾਂ ਨਾਲ ਡਟ ਕੇ ਖੜੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਅੰਦੋਲਨ ਨੂੰ ਹੋਰ ਤਿੱਖਾ ਕਰਾਂਗੇ। ਸਾਡੀਆਂ ਕੁੜੀਆਂ ਨੂੰ ਜੇ ਕਿਸੇ ਨੂੰ ਡਰਾਇਆ ਧਮਕਾਇਆ, ਅਸੀਂ ਫਿਰ ਉਹਦੀ ਆਪਣੀ ਜ਼ਿੰਮੇਵਾਰ ਸਰੂਤੀ ਕੌਰ ਮੈਡਮ ਅਤੇ ਪੀਜੀਆਈ ਦਾ ਜਿਹੜਾ ਘਾਬਦਾਂ ਦਾ ਸਟਾਫ ਦਾ ਜਿਹੜਾ ਸਰੂਰ ਕੋਲੇ ਬਣਿਆ ਉਹ ਜ਼ਿੰਮੇਵਾਰ ਹੋਊਗਾ। ਸਾਡੀਆਂ ਕੁੜੀਆਂ ਦੇ ਉੱਥੇ ਧਰਨੇ ਤੇ ਵੀ ਬੈਠੀਆਂ ਨੇਗੀਆਂ। ਮੀਡੀਆ ਨੂੰ ਪਰ ਮੇਰੀ ਬੇਨਤੀ ਆ, ਮੀਡੀਆ ਵਾਲਿਓ ਇੰਨਾ ਨਾ ਵਿਕੋ ਪੰਜਾਬ ਦੇ, ਬਕਾਓ ਮੀਡੀਓ। ਕੁੜੀਆਂ ਦੀ ਅੱਜ ਤੱਕ ਕਿਸੇ ਨੇ ਆਵਾਜ਼ ਨਹੀਂ ਉਠਾਈ ਬਾਈ, ਕਿਸੇ ਨੇ ਕੁੜੀਆਂ ਦੀ ਆਵਾਜ਼ ਨਹੀਂ ਉਠਾਈ। ਕੁੜੀਆਂ ਦੀ ਉਹਨਾਂ ਦੀ ਕੋਈ ਮੀਡੀਆ ਵਾਲਾ ਕੋਈ ਚੈਨਲ ਗੱਲ ਕਰਨ ਨੂੰ ਤਿਆਰ ਨਹੀਂ, ਸਾਰੇ ਦੇ ਸਾਰੇ ਸਰਕਾਰੀ ਦਰਬਾਰੇ ਹੋ ਗਏ ਯਾਰ ਪੱਤਰਕਾਰ। ਇੰਨਾ ਤੁਹਾਡੀ ਜ਼ਮੀਰ ਮਰ ਚੁੱਕੀ ਹੈ ਯਾਰ, ਕੋਈ ਤੁਸੀਂ ਆਪਣੇ ਪੰਜਾਬ ਦੇ ਆਪਣੇ ਧੀਆਂ ਪੁੱਤਾਂ ਨਾਲ ਖੜਨ ਨੂੰ ਤਿਆਰ ਨਹੀਂ ਹੈਗੇ ਯਾਰ। ਫਿਰ ਕਹਿੰਦੇ ਹੋ ਹੁਣ ਤੁਹਾਨੂੰ ਪਤਾ ਕਿ ਪ੍ਰਵਾਸ, ਮੈਂ ਵੀ ਇਸ ਚੀਜ਼ 'ਤੇ ਅਸੀਂ ਰੋਜ਼ ਪਿੱਟਦੇ ਹਾਂ, ਏਜੰਟਾਂ ਨਾਲ ਸਾਡੀ ਲੜਾਈ ਆ, ਹੋਰ ਸਾਡੀਆਂ ਲੜਾਈਆਂ ਨੇ ਕਿ ਸਾਡੇ ਪੰਜਾਬ ਦੇ ਨੌਜਵਾਨ ਬਾਹਰ ਨਾ ਜਾਣ। ਹੁਣ ਅੱਕੇ ਹੋ ਜਦੋਂ ਇਹੋ ਜਿਹੀਆਂ ਗੱਲਾਂ ਮੂਹਰੋਂ ਆਉਂਦੀਆਂ ਨੇ, ਸੁਣਨ ਨੂੰ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਨੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਕਿਸੇ ਥਾਂ 'ਤੇ ਨੌਕਰੀ ਨਹੀਂ ਮਿਲ ਰਹੀ। ਪਤਾ ਨਹੀਂ ਕੱਲ੍ਹ ਦੀ ਜਿਹੜੀ ਖਬਰ ਸੀਗੀ ਪਰਸੋਂ ਦੀ, ਉਹ ਲਿਆ ਕੇ ਉੱਥੇ ਇੱਥੇ ਆਪਣਾ ਮਾਨਸਾ ਦੇ ਵਿੱਚ ਫਿੱਟ ਕਰਤੇ ਲਿਆ ਕੇ ਬਾਹਰਲੇ ਇੰਸਪੈਕਟਰ, ਹਰ ਇੱਕ ਥਾਂ ਦੇ ਵਿੱਚ ਜਿਹੜੀ ਵੀ ਭਰਤੀ ਖੁੱਲ੍ਹਦੀ ਉਹਦੇ ਵਿੱਚ ਲਿਆ ਕੇ ਬਾਹਰਲੇ ਨੂੰ ਠੋਕ ਦਿੱਤਾ ਜਾਂਦਾ।
ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਕਿ ਇੱਥੇ ਪੰਜਾਬ ਦੇ ਵਿੱਚ ਰਹੋ ਪੰਜਾਬ ਦੇ ਵਿੱਚ ਰਹੋ ਅਸੀਂ ਕਿਹੜੇ ਮੂੰਹ ਨਾਲ ਹੁਣ ਕਹੀਏ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਰਹੋ ਅਸੀਂ ਕੁੜੀਆਂ ਮੁੰਡਿਆਂ ਨੂੰ ਹੀ ਗੱਲ ਕਹਿੰਦੇ ਆ ਪਰ ਇੱਥੇ ਲਿਆ ਕੇ ਜਿਹੜਾ ਵੀ ਸਾਡੀ ਲੀਡਰਸ਼ਿਪ ਆ ਜਿਹੜੀ ਵੀ ਸਾਡੀਆਂ ਸਰਕਾਰਾਂ ਨੇਗੀਆਂ ਲਿਆ ਕੇ ਇਹਨਾਂ ਦੇ ਇਹਨਾਂ ਨੂੰ ਲੀਡਰਾਂ ਨੂੰ ਇੰਨਾ ਪਤਾ ਨਹੀਂ ਬਸ ਇਹਨਾਂ ਦੀ ਸੋਚ ਸੀਗੀ ਕਿ ਐਮਐਲਏ ਬਣਨ ਤੱਕਰ ਗਨਮੈਨ ਲੈਣ ਤੱਕਰ ਉਹ ਤੁਹਾਡਾ ਬੇੜਾ ਬੈਠੂਗਾ ਤੁਹਾਡਾ ਜਿਹੜੇ ਇੱਥੋਂ ਜਿਹੜੇ ਸਾਡੇ ਲੋਕਲ ਐਮਐਲਏ ਹੋ ਆਪਦੇ ਜਵਾਕਾਂ ਦੀ ਤਾਂ ਆਵਾਜ਼ ਬਣ ਜਾਓ ਤੁਹਾਡੇ ਲਿਆ ਕੇ ਸਿਰ ਤੇ ਸਿਰਾਂ ਦੇ ਉੱਪਰ ਕੋਈ ਹੋਰ ਲਿਆ ਕੇ ਉਠਾਈ ਜਾਂਦੇ ਨੇ ਅਸੀਂ ਐਮਐਲਏ ਬਣਨ ਤੱਕਰ ਚੌਂਕ ਸੀ ਗਨਮੈਨ ਲੈ ਲਏ ਗੱਡੀਆਂ ਲੈ ਲਈਆਂ ਬਸ ਇੱਥੇ ਕਿ ਤੱਕਰ ਇਹਨਾਂ ਦੀ ਸੋਚ ਸੀਗੀ ਇਦੋਂ ਅੱਗੇ ਇਹਨਾਂ ਦੀ ਸੋਚ ਹੀ ਨਹੀਂ ਹੈਗੀ ਸਾਡੇ ਪੰਜਾਬ ਦੇ ਨੌਜਵਾਨਾਂ ਨਾਲ ਕੀ ਹੋ ਰਿਹਾ ਉਹ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਭਾਈ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਨਾ ਤੁਹਾਨੂੰ ਰਾਜਸਥਾਨ ਦੇ ਨੇ ਪਾਈਆਂ ਨੇ ਨਾ ਤੁਹਾਨੂੰ ਹਿਮਾਚਲ ਦੇ ਨੇ ਪਾਈਆਂ ਨੇ ਨਾ ਤੁਹਾਨੂੰ ਯੂਪੀ ਦੇ ਨੇ ਪਾਈਆਂ ਨੇ ਨਾ ਤੁਹਾਨੂੰ ਬਿਹਾਰ ਦੇ ਨੇ ਪਾਈਆਂ ਨੇ ਗਿਆ 18